ਆਪਾਂ ਸੱਚ ਮੈਂ ਦੱਸਣਾ ਤਾਂ ਭੁੱਲ ਗਈ ਵੀ ਅਸੀਂ ਚੱਲੇ ਆ ਡੱਬ ਵਾਲੀ, ਬਹੁਤ ਦੂਰ ਆ ਉਹ ਦੂਜਾ ਖੂੰਜਾ ਪੰਜਾਬ ਦਾ ਹਨਾ, ਤੇ ਡੱਬ ਵਾਲੀ ਚੱਲੇ ਆ। ਉੱਥੇ ਆਪਾਂ ਚੱਲੇ ਆ ਸਿੱਧੂ ਮੋਟਰਸ ਵਾਲਿਆਂ ਦੇ, ਸ਼ਾਇਦ ਤੁਸੀਂ ਜਾਣਦੇ ਹੋਵੋਗੇ ਡੱਬ ਵਾਲੀ ਜਿਹੜਾ ਬਹੁਤ ਜ਼ਿਆਦਾ ਫੇਮਸ ਆ ਜੀਪਾਂ ਦੇ ਵਿੱਚ, ਜੀਪਾਂ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਆ। ਅਤੇ ਸਾਨੂੰ ਅੱਜ ਇਨਵਾਈਟ ਕੀਤਾ ਆ ਸਿੱਧੂ ਮੋਟਰਸ ਵਾਲਿਆਂ ਨੇ ਕਿ ਆਓ ਸਾਡੀ ਤੁਸੀਂ ਵਰਕਸ਼ਾਪ ਵਿਜ਼ਿਟ ਕਰੋ। ਉਹ ਚੁੱਪ ਕਰ ਜਾਂਦੀਆਂ ਨੇ, ਉਹ ਵਰਕਸ਼ਾਪ ਵਿਜ਼ਿਟ ਕਰੋ ਅਤੇ ਆਓ ਆਪਣੇ ਚਰਨ ਪਾਓ ਸਾਡੀ ਵਰਕਸ਼ਾਪ 'ਚ। ਕੁੜੀਆਂ ਦੇ ਚਰਨ ਪਾਉਣੇ ਚਾਹੀਦੇ, ਕੁੜੀਆਂ ਲਕਸ਼ਮੀ ਹੁੰਦੀਆਂ ਨਾ, ਦੇਖਿਓ ਕੰਮ ਜਾਂਦਾ ਉਹਨਾਂ ਦਾ ਦਿਨ। ਅਤੇ ਆਪਾਂ ਚੱਲੇ ਹਾਂ ਅੱਜ ਉਹਨਾਂ ਦੀ ਵਰਕਸ਼ਾਪ ਅਤੇ ਮਿਲਦੇ ਹਾਂ ਫਿਰ ਡੱਬ ਵਾਲੀ ਜਾ ਕੇ। ਬਾਏ ਬਾਏ, ਉਨੀ ਦੇਰ ਤੱਕ ਆਪਾਂ ਸੌਂ ਜਾਈਏ, ਅਸੀਂ ਜਾਣਾ ਉਨੀ ਦੇਰ ਤੱਕ, 3 ਵਜੇ ਨਹੀਂ ਜਾਣਾ ਤਾਂ ਵੱਡਾ ਲੱਗੀ ਜਾਂਦਾ ਮੈਨੂੰ। ਜਦੋਂ ਵੀ ਇਹਦੀ ਵੀਡੀਓ ਦੇਖਾ ਤੇ ਏਦਾਂ ਹੀ ਹੁੰਦਾ, ਇਹਦੀ ਉਂਗਲੀ ਐ ਹੀ ਹੁੰਦੀ ਹੈ, ਏਦਾਂ ਹੀ ਹੁੰਦੀ ਹੈ, ਐ ਹੁੰਦੀ ਹੈ ਜਾਂ ਐ ਹੁੰਦੀ ਹੈ। ਸ਼ਿਕਾਰ ਤੇ ਸਿਧਾ ਹੋਇਆ ਇਸ ਤੋਂ, ਤੂੰ ਟਾਂਗਣਾ ਕਰ, ਸ਼ਿਕਾਰ ਖੇਡਦਾ ਵਿਆਹ। ਤੇ ਹੁਣ ਮੈਂ ਲੱਗੀ ਆ ਸੌਣ, 2 ਘੰਟੇ ਲੱਗ ਜਾਣੇ ਸਾਨੂੰ, ਤੇ ਸੌਂ ਜੀ। ਗੁੱਡ ਨਾਈਟ ਸਾਰਿਆਂ ਨੂੰ, ਮਿਲਦੇ ਆ ਡੱਬ ਵਾਲੀ ਜਾ ਕੇ। ਗੱਡੀ ਡੱਬ ਵਾਲੀ ਪਹੁੰਚ ਗਏ ਅਸੀਂ, ਅਸੀਂ ਆਏ ਆ, ਅਸੀਂ ਮੀਂਹ ਨਾਲ ਲੈ ਕੇ ਆਏ ਆ। ਡੱਬ ਵਾਲੀ ਵਾਲੇ ਉਹ ਖੁਸ਼ ਨੇ, ਮੀਂਹ ਪੈਣ ਲੱਗ ਗਿਆ ਵੀ, ਮੀਂਹ ਪੈਣ ਲੱਗਤਾ ਪਰ ਉਦਾਂ ਬੱਦਲ ਹੈ ਨੀ, ਮੀਂਹ ਪਤਾ ਨੀ ਕਿੱਦਾਂ, ਇੰਨੀ ਨਿੱਕੀ ਹੈ ਬਦਲੀ ਆ, ਉਹ ਚੋਂ ਮੀਂਹ ਆਈ ਜਾਂਦਾ ਬਦਲੀ। ਰੱਬ ਖੁਸ਼ ਹੋਣਾ ਯਾ, ਥੋੜੀ ਲਿਪਸਟਿਕ ਲਾ ਲਾ ਨਿਕਲ ਇੱਧਰ ਆ। ਬ੍ਰਾਹਮ ਕੁੜੀ ਪਹੁੰਚੀ ਆ ਡੱਬ ਵਾਲੀ ਤੇ ਮੀਂਹ ਪੈ ਕੇ ਉਹਦਾ ਸਵਾਗਤ ਹੋ ਰਿਹਾ ਸੀ ਹਨਾ। ਕਿਤੇ ਫਸਿਆ ਪਿਆ ਆ, ਫਸਿਆ ਦੇਖੋ, ਬੁਰਸ਼ ਕਰਾਉਣਾ ਪਹਿਲਾਂ ਤੈਨੂੰ ਕਿਸੇ ਦੁਕਾਨ ਤੋਂ ਹਨਾ, ਬੁਰਸ਼ ਲੈਣਾ, ਬੁਰਸ਼ ਲੈਣਾ, ਟੂਥਪੇਸਟ ਲੈਣੀ ਆ ਇਹਨੂੰ। ਉਹ ਵੀਰਾ ਖੜਾ, ਇਹ ਹੈਗਾ ਇਹਨਾਂ ਦਾ ਖੂਫੀਆ ਰਸਤਾ, ਬਾਰਿਸ਼ ਬਹੁਤ ਜ਼ਿਆਦਾ ਹੈ, ਫਿਰ ਦੁਬਾਰਾ ਪੈਣ ਲੱਗ ਗਿਆ। ਅਤੇ ਆਹ ਦੇਖੋ, ਆਹ ਪਹੁੰਚ ਗਏ ਆਪਾਂ ਇੱਧਰ, ਕਿੱਧਰ ਫੌਜੀਆਂ ਵਾਲੀਆਂ ਵੀ ਖੜੀਆਂ, ਆਹ ਦੇਖੋ ਜੀਪਾਂ, ਜੀਪਾਂ ਤਾਂ ਹੈ ਹੀ ਨਹੀਂ, ਜੀਪਾਂ ਹੈ ਹੀ ਨਹੀਂ, ਡੰਗਰਾਂ ਜਾਂ ਬਣਦੀਆਂ ਆ। ਜਲਦੀ
ਅਸੀਂ ਆ ਰਹੇ ਹਾਂ ਫ੍ਰਿਜ 'ਚ। ਹਾਂਜੀ ਤੇ ਬਾਰਿਸ਼ ਹਟ ਗਈ ਆ, ਪਹਿਲਾਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀਗਾ ਅਤੇ ਹੁਣ ਆਪਾਂ ਖੜ੍ਹੇ ਹਾਂ ਵੀਰ ਹੋਣਾ ਦੇ ਔਫਿਸ ਸਿੱਧੂ ਮੋਟਰਸ ਵਾਲਿਆਂ ਦੇ, ਅਤੇ ਜੀਪਾਂ ਰੈਡੀ ਹੋ ਰਹੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਆ। ਬਾਰਿਸ਼ ਕਰਕੇ ਥੋੜ੍ਹਾ ਜਿਹਾ ਚਿੱਕੜ ਵਗੈਰਾ ਹੋਇਆ ਅਤੇ 10-15 ਮਿੰਟ ਲੱਗਣੇ ਆ, ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਜਿਹੜੇ ਵੀਰ ਹੋਣੀ ਜੀਪ ਰੈਡੀ ਕਰਦੇ ਆ ਬਾਹਰ ਭੇਜਦੇ ਆ, ਉਹ ਸਾਰਾ ਤੁਹਾਨੂੰ ਨੈਕਸਟ ਕਲਿੱਪ ਦੇ ਵਿੱਚ ਦਿਖਾਉਂਦੇ ਹਾਂ। ਇਹ ਵੀਰ ਹੁਣਾਂ ਦੀ ਵਰਕਸ਼ਾਪ ਆ, ਇੱਥੇ ਰੈਡੀ ਕਰਦੇ ਆ ਪੇਂਟ ਵਗੈਰਾ ਕਰਕੇ। ਓਕੇ ਪੇਂਟ ਹੋ ਗਈ ਬਲੈਕ ਹੈ, ਜੈਕਟ ਲੱਗੀ ਹੈ, ਯੂਐਸਏ ਜਾਣੀ ਹੈ। ਅੱਛਾ ਇਹ ਯੂਐਸਏ ਪੂਰਾ ਪਾਰਟ ਆ ਦਾ ਰੈਡੀ ਹੋਇਆ ਪਿਆਗਾ, ਇੰਜਨ ਦਾ ਪੇਂਟ ਹੋਇਆ ਪਿਆਗਾ। ਅੱਛਾ ਅੱਛਾ ਜੀ, ਇੱਕ ਦੂਜੀ ਗੱਡੀ ਬਾਹਰ ਖੜੀ ਹੈ ਜੀ, ਉਹ ਦੇਖੋ ਤੁਸੀਂ ਜਿਹੜੀ ਪੇਂਟ ਦੀ ਕੁਆਲਿਟੀ ਹੁੰਦੀ ਹੈ ਆਪਣੀ, ਉਹ ਟੂਕੇ ਹੁੰਦੀ ਹੈ ਸਪੈਸ਼ਲ, ਅੰਦਰ ਸਿਲੀਕੋਨ ਵਗੈਰਾ ਲੱਗੀ ਹੈ ਸਾਰੀ, ਤੁਸੀਂ ਆ ਦਿਖਾ ਸਕਦੇ ਹੋ ਜੀ ਆਈ ਅੰਦਰ ਪੇਂਟ ਹੋਣਾ ਹੋਇਆ। ਓਕੇ ਸਾਰੀ ਸਿਲੀਕੋਨ ਦੇ ਨਾਲ ਫਿਕਸ ਕੀਤੀ ਆ ਸਾਰੀ, ਤੇ ਵੀ ਹਜੇ ਜਾਣੀ ਹੈ ਕੈਨੇਡਾ ਜਾਣੀ ਹੈ ਤੇ ਰੈਡੀ ਹੋਣ ਲਈ ਮਤਲਬ ਖੜੀ ਹੋਈ ਆ ਕੀਤੀ ਆ ਬੋਡੀ ਬਣੀ ਖੜੀ ਗੱਡੀ ਦੀ। ਓਕੇ ਇਹ ਤਾਂ ਮਤਲਬ ਕਿ ਇਹਨੂੰ ਪ੍ਰਾਈਮਰ ਜੈਕ ਪ੍ਰਾਈਮਰ ਹੋ ਜਾਂਦਾ, ਫਿਰ ਦੂਜਾ ਪ੍ਰਾਈਮਰ ਹੋ ਜਾਂਦਾ। ਅੱਛਾ ਅੱਛਾ ਇਹ ਹਜੇ ਤੱਕ ਬੋਡੀ ਕੱਚੀ ਹੀ ਰੈਡੀ ਕਰ ਰੱਖੀ ਹੈ। ਠੀਕ ਹੈ ਠੀਕ ਹੈ, ਬਾਕੀ ਗੱਡੀਆਂ ਹੋਰ ਵੀ ਖੜੀਆਂ, ਅੱਜ ਸੰਡੇ ਹੈਗਾ ਮਤਲਬ ਆਫ ਅੱਜ ਕਰਨਾ ਬੰਦ ਕਰ ਰੱਖੀ ਹੈ ਗੱਡੀ, ਤੇ ਰੈਡੀ ਖੜੀ ਹੈ ਜੀ। ਅੱਛਾ ਜੀ ਇਹ ਗੱਡੀ ਚੱਲਦੇ ਆ ਲੈ ਕੇ ਆਪਾਂ ਫਰੰਟ ਦੇ, ਕਿੱਧਰ ਗੱਡੀ ਖੜੀ ਹੈ ਲੈਫਟ ਹੈਂਡ ਡਰਾਈਵ ਕੈਨੇਡਾ ਜਾਣੀ ਹੈ ਜੀ ਗੱਡੀ, ਪਿੱਛੇ ਮੋਟਰਸਾਈਕਲ ਵਾਲੀ ਗੱਡੀ ਖੜੀ ਹੈ ਜੀ। ਮਤਲਬ ਮੈਂ ਤੁਹਾਨੂੰ ਦੱਸ ਦੇ ਕਿ ਵੀਰੇ ਹੁਣਾਂ ਕੋਲ ਬਹੁਤ ਸਾਰੀਆਂ ਕਾ ਜੀਪਾਂ ਦਾ ਆਰਡਰ ਹੈਗਾ ਆ ਅਤੇ ਆ ਰੈਡੀ ਖੜੀਆਂ, ਇੱਧਰ ਵੀ ਰੈਡੀ ਖੜੀ ਆ ਵੀ, ਇਹਨਾਂ ਦੇ ਕੋਲ ਹਰ ਟਾਈਮ ਇਹਨਾਂ ਦੇ ਕੋਲ ਆਰਡਰ ਦੇ ਵਿੱਚ ਰਹਿੰਦੀਆਂ। ਅਤੇ ਹੁਣ ਆਪਾਂ ਚੱਲੇ ਹਾਂ ਕਿਤੇ ਖੁੱਲ੍ਹੀ ਜਿਹੀ ਜਗ੍ਹਾ 'ਤੇ ਲੈ ਰਹੇ ਹਾਂ ਇਹਨਾਂ ਦੀ ਟਰਾਈ ਲੈ ਲਵਾਂਗੇ ਜੀਪਾਂ ਦੀ ਅਤੇ ਦਿਖਾਵਾਂਗੇ ਤੁਹਾਨੂੰ। ਆਪਣੇ ਕੋਲ ਰੈਡੀ ਸਟੋਕ ਰਹਿੰਦਾ ਹੈਗਾ, ਹਾਂਜੀ ਆਪਣਾ ਸ਼ੋਰੂਮ ਵੀ ਹੈ, ਗੱਡੀ ਅਵੇਲੇਬਲ ਰਹਿੰਦੀ ਹੈ ਆਪਣੇ ਕੋਲ ਕਿਸੇ ਕਸਟਮਰ ਅਚਾਨਕ ਲੈਣੀ ਹੋਵੇ ਤਾਂ। ਪੈਟਰੋਲ ਇੰਜਨ ਲੈਫਟ ਹੈਂਡ ਹੈ ਨੀਗਾ, ਰਾਈਟ ਹੈਂਡ ਬਲੈਰੋ ਹੋਈਆਂ ਵਿੱਚ ਰੈਡੀ ਹੁੰਦਾ ਆਪਣੇ ਕੋਲ। ਓਕੇ ਪੈਟਰੋਲ ਇੰਜਨ ਰੈਡੀ 'ਚ ਨਹੀਂ ਮਿਲੂਗਾ, ਜੇ ਤੁਹਾਨੂੰ ਐਮਰਜੈਂਸੀ ਆ ਕਿਸੇ ਕੋਈ ਬਾਹਰੋਂ ਆ ਰਿਹਾ ਵਾ, ਕਿਸੇ ਨੂੰ ਐਮਰਜੈਂਸੀ ਚਾਹੀਦੀ ਆ ਜਾਂ ਕੋਈ ਬਾਹਰ ਨੂੰ ਜਾ ਰਿਹਾ ਉਹਨੇ ਲੈ ਕੇ ਜਾਣੀ ਆ ਕੈਨੇਡਾ ਜਾਂ ਯੂਐਸਏ, ਤਾਂ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਵੀ ਇਹ ਜੀਪਾਂ ਰੈਡੀ ਮਿਲ ਜਾਣਗੀਆਂ। ਅਤੇ ਆਪਣੀ ਸਟਾਰਟਿੰਗ ਪ੍ਰਾਈਜ਼, ਸਟਾਰਟਿੰਗ ਪ੍ਰਾਈਜ਼ ਜੀ 4.5 ਲੱਖ ਤੋਂ ਸਟਾਰਟ ਹੈਗਾ। ਮੌਕੇ 'ਤੇ ਆਪਣੇ ਕੋਲ ਜਿਹੜੀਆਂ ਗੱਡੀਆਂ ਖੜੀਆਂ ਫਿਰ ਉਹ ਦਿਖਾਵਾਂਗੇ ਸ਼ੋਰੂਮ 'ਚ ਜਾ ਕੇ ਆਪਾਂ, ਜੋ ਗੱਡੀਆਂ ਆਪਣੇ ਕੋਲ ਹਾਜ਼ਰ ਖੜੀਆਂ ਕਿਸੇ ਨੇ ਡਿਲੀਵਰੀ ਕਰਵਾਉਣ, ਡਿਲੀਵਰੀ ਕਰਾ ਦਿਆਂਗੇ ਆਪਾਂ, ਹੋਮ ਡਿਲੀਵਰੀ ਮਿਲ ਜੂਗੀ, ਉਹਦਾ 4 ਟਿਕਟਾਂ ਲੱਗੂ ਉਹਨਾਂ ਨੂੰ ਜੋ ਵੀ ਹੋਊਗਾ। ਬਾਕੀ ਬਜਟ ਦੇ ਹਿਸਾਬ ਨਾਲ ਗੱਡੀ ਵੀ ਹੈਗੀ ਆ, ਬਿਨਾਂ ਪਾਸਿਕ ਤੋਂ 2.5 ਲੱਖ ਰੁਪਇਆ, 3 ਲੱਖ, 3.5 ਅਲੱਗ ਰੇਟ 'ਤੇ ਗੱਡੀਆਂ ਹੈਗੀਆਂ, ਉਹ ਆਪਾਂ ਸਾਰੀਆਂ ਉੱਥੇ ਤੁਹਾਨੂੰ ਅੱਗੇ ਦਿਖਾਵਾਂ ਸ਼ੋਰੂਮ 'ਚ। ਅਤੇ ਫਿਰ ਹੁਣ ਆਪਾਂ ਚੱਲਦੇ ਹਾਂ, ਹੈ ਨਾ, ਚੱਲਦੇ ਹਾਂ ਫਿਰ ਉੱਥੇ ਜਾ ਕੇ ਕਰਦੇ ਹਾਂ। ਇੱਥੇ ਥੋੜ੍ਹਾ ਜਿਹਾ ਉੱਦਾਂ ਵੀ ਸ਼ੋਰ ਸ਼ਰਾਬਾ ਜਿਹਾ ਹੈਗਾ ਥੋੜ੍ਹਾ ਜਿਹਾ, ਸਾਡੇ ਲਈ ਜੀਪ ਨਿਕਲ ਰਹੀ ਆ, ਅਸੀਂ ਹੁਣ ਜੀਪ 'ਚ ਬੈਠ ਕੇ ਚੱਲਾਂਗੇ। ਹਾਏ ਨਜ਼ਾਰੇ, ਖੁਸ਼ੀ ਬਹੁਤ ਆ, ਖੁਸ਼ੀ ਬਹੁਤ ਆ। ਲੱਡੂ ਨੂੰ ਮੈਂ ਇੱਥੋਂ ਬਣਾ ਕੇ ਦੇਣੀ ਆ। ਜੀਪ ਬਣਾਉਣੀ ਆ, ਕੀ ਬਣਾਉਣਾ, ਪਹਿਲਾਂ ਦੰਦ ਸਾਫ਼ ਕਰ। ਇੱਦਾਂ ਦੀ ਬਣਾਉਣੀ, ਇੱਦਾਂ ਦੀ, ਕੋਈ ਨਹੀਂ ਕੋਈ ਨਹੀਂ। ਅਸੀਂ ਜਾਣਾ ਬਲੈਕ ਜੀਪ, ਟੋਟਲ ਬਲੈਕ ਕੱਪੜੇ। ਜਦੋਂ ਮੈਂ ਬੈਠੂੰਗੀ ਨਾ, ਉਹੜੀ ਉਹੜੀ ਬਣਾ ਦੇ, ਮੈਂ ਤਾਂ ਹੱਥਾਂ ਚੋਂ ਗੰਦ ਕੱਢ, ਗੰਦ ਦਿਖਾਏ ਨੇ, ਬ੍ਰਸ਼ ਨਹੀਂ ਕੀਤਾ ਇਹਨੇ ਅਜੇ, ਤਾਂ ਰਸਤੇ 'ਚ ਜਾਂਦੇ ਅਸੀਂ। ਹੈਲੋ।
ਲਓ ਜੀ ਹੁਣ ਅਸੀਂ ਵੀਰ ਹੁਣਾਂ ਨਾਲ ਤਿਆਰ ਹੋ ਗਏ ਆ ਭਲਵਾਨੀ ਗੇੜੀ ਲਾਉਣ ਲਈ। ਲੱਡੂ ਸਾਡਾ ਤੇ ਜਿਹੜੀ ਗੱਡੀ ਦੀ ਆਪਾਂ ਸਵਾਰੀ ਕਰ ਰਹੇ ਆ ਇਹ ਲੈਫਟ ਹੈਂਡ ਆ, ਲੈਫਟ ਹੈਂਡ ਡਰਾਈਵ, ਇਹ ਯੂਐਸਏ ਜਾਣੀ ਆ, ਯੂਰਪ, ਇਹ ਯੂਐਸਏ ਜਾਣੀ ਆ ਤੇ ਇਹਨੂੰ ਕਹਿੰਦੇ ਆ ਮੌਨਸਟਰ ਵਿਲੀ। ਹਾਂਜੀ ਮੌਨਸਟਰ ਵਿਲੀ ਵਿਲੀ ਕਹਿੰਦੇ ਆ ਤੇ ਇਹਦੇ ਟਾਇਰ ਬਹੁਤ ਵੱਡੇ ਵੱਡੇ ਲਾਏ ਹੋਏ ਆ, ਜਿਵੇਂ ਆਪਾਂ ਟਰਾਲੀਆਂ ਮਿੰਨੀ ਟਰਾਲੀਆਂ ਨੂੰ ਨਹੀਂ ਵੱਡੇ ਵੱਡੇ ਲਾਉਂਦੇ, ਉਸ ਤੋਂ ਵੀ ਜ਼ਿਆਦਾ ਵੱਡੇ ਟਾਇਰ ਲੱਗੇ ਹੋਏ ਆ। ਤੇ ਕਾਰ ਦੀ ਫਿਨਿਸ਼ਿੰਗ ਤੁਸੀਂ ਇੱਦਾਂ ਲੱਗੂਗਾ ਹੀ ਨਹੀਂ ਵੀ ਤੁਸੀਂ ਇਹ ਆਪਾਂ ਰੈਡੀ ਕਰਵਾਈ ਆ, ਜਾਂ ਜਿੱਦਾਂ ਸਿੱਧੀ ਸ਼ੋਰੂਮ 'ਚੋਂ ਆਉਂਦੀ ਆ ਨਾ, ਮਤਲਬ ਉਹੀ ਚੀਜ਼ ਲੱਗਦੀ ਪਈ ਆ। ਨਜ਼ਾਰਾ ਹੀ ਬਹੁਤ ਆਉਂਦਾ ਓਪਨ ਚੀਜ਼ 'ਚ, ਮੈਂ ਤਾਂ ਆਪ ਬਣ ਪਾਊਂ ਇਹਦੇ ਨਾਲ, ਰੱਬ ਸੁੱਖ ਰੱਖੇ। ਹੁਣ ਮੈਂ ਟੈਸਟ ਡਰਾਈਵ ਲੈ ਲੱਗੀ ਹਾਂ। ਜੀਪਾਂ ਦਾ ਕਾਫਲਾ ਇਹ ਲੈਫਟ ਸਾਈਡ ਹੋਣ ਕਰਕੇ ਨਾ ਮੈਨੂੰ ਥੋੜ੍ਹਾ ਔਖਾ ਲੱਗਦਾ ਸੀਗਾ ਚਲਾਉਣਾ, ਸੋ ਮੈਂ ਉਤਰ ਗਈ। ਬਈ ਜੀਪਾਂ ਵੱਟ ਕੱਢੇ ਪਏ ਆ, ਸੀਰੀਅਸਲੀ ਸੱਚੀ ਕਹਿੰਦੀ ਮੈਨੂੰ ਸੋਹ ਲੱਗੇ, ਮੈਨੂੰ ਆਹ ਬਲੈਕ ਜੀਪ ਹੈ ਨਾ ਇੰਨੀ ਐਂਡ ਲੱਗਦੀ ਹੈ ਨਾ, ਆਹ ਵੀ ਸੋਹਣੀਆਂ ਆ, ਬਟ ਇਹਦੀ ਤਾਂ ਗੱਲਬਾਤ ਹੀ ਕੁਛ, ਜਿਹਨੇ ਤਿਆਰ ਕਰਵਾਈ ਆ ਬਹੁਤ ਵਧੀਆ ਤਿਆਰ ਕਰਵਾਈ ਆ ਇਹ। ਤੇ ਹੁਣ ਤਾਂ ਆਪਾਂ ਆ ਗਏ ਆ ਆਪਾਂ ਪੱਧਰੀ ਜਿਹੀ ਜਗ੍ਹਾ ਦੇ ਵਿੱਚ ਜਿੱਥੇ ਸਾਡੀਆਂ ਸਾਰੀਆਂ ਜੀਪਾਂ ਲਾਈਨ ਦੇ ਵਿੱਚ ਲਾ ਦਿੱਤੀਆਂ ਤੇ ਆਪਾਂ ਵੱਧ ਰਹੇ ਹਾਂ ਪਹਿਲਾਂ ਇਸ ਜੀਪ ਵੱਲ। ਇਸ ਜੀਪ ਦੀ ਖਾਸੀਅਤ ਆਪਾਂ ਵੀਰ ਹੁਣਾਂ ਕੋਲ ਪੁੱਛਾਂਗੇ ਕਿ ਸਪੈਸ਼ਲ ਕਿਉਂ ਆ। ਇਹ CJ3 ਵਾਲਾ ਮਾਡਲ ਹੈ ਜੀ, ਮਿਲਟਰੀ ਮਾਡਲ ਜੀਪ, ਜਿਵੇਂ ਪਹਿਲਾਂ ਆਉਂਦੀ ਸੀ ਮਿਲਟਰੀ ਛੋਟੀ ਵੱਡੀ ਕਹਿ ਦਿੰਦੇ ਆਪਾਂ ਨੂੰ। ਇਹਦੀ ਇੱਕ ਤਾਂ ਸਪੈਸ਼ਲ ਕੁਆਲਿਟੀ ਹੈ, ਕਲਰ ਬਹੁਤ ਸੋਹਣਾ ਕੀਤਾ ਸੀ, ਕੁਲਤੀ ਦਾ ਪੇਂਟ ਕੀਤਾ ਇਹਨੂੰ, ਬਾਕੀ ਜਿਹੜੀ ਅਸੈਸਰੀ ਹੁੰਦੀ ਹੈ ਮਿਲਟਰੀ ਦੀ ਜੋ ਵਿੱਚ ਲੱਗੀ ਹੈ ਸਾਰੀ, ਜਿਵੇਂ ਕੰਪਨੀ ਵੱਲੋਂ ਆਉਂਦੀ ਉੱਦਾਂ ਲਾਈ ਹੈ, ਐਕਸਟਰਾ ਕੈਪ ਲੈਟ ਲਾਈ ਹੈ। ਬਾਕੀ ਸਾਡੀ ਕੁਛ ਸਪੈਸ਼ਲ ਕੁਆਲਿਟੀਆਂ ਜਿਵੇਂ ਲੈਦਰ ਕੁਆਲਿਟੀ ਹੋ ਗਈ ਅਤੇ ਮੈਟਿੰਗ ਦੀ ਹੋ ਗਈ, ਮੈਂ ਕੈਮਰਾਮੈਨ ਨੂੰ ਬੋਲੂੰਗਾ ਮਾੜਾ ਨਜ਼ਦੀਕ ਆ ਕੇ ਦਿਖਾ ਦੇ ਮੈਟਿੰਗ ਦਿਖਾ ਦੇ। ਜਿਹੜੀ ਮੈਟਿੰਗ ਹੈ ਸਪੈਸ਼ਲ ਹੈ ਸਾਡੀ, ਹਾਈ ਕੁਆਲਿਟੀ ਦੀ ਹੈ, ਕਸਟਮਰ ਦੀ ਚੋਇਸ 'ਤੇ ਬਣੀ ਹੈਗੀ, ਜਿਵੇਂ ਆਹ ਚੀਜ਼ ਲੈਦਰ ਸਪੈਸ਼ਲ ਹੈ ਸਾਡਾ, ਤਰਪਾਲ ਸਪੈਸ਼ਲ ਹੈ, ਕਲਰ ਦੀ ਕੁਆਲਿਟੀ ਸਪੈਸ਼ਲ ਹੈ, ਕਾਫੀ ਗੱਲਾਂ ਹੁੰਦੀਆਂ। ਜੇ ਆਪਾਂ ਜੇ ਆਰਡਰ ਤੇ ਗੱਡੀ ਬਣਵਾਉਣੀ ਆ ਤਾਂ ਸਪੈਸ਼ਲ ਬਣਦੀ ਹੈਗੀ, ਇਹ ਆਰਡਰ ਤੇ ਆਰਡਰ ਟਾਈਪ ਗੱਡੀ ਬਣੀ ਹੋਈ ਹੈ, ਲੇਕਿਨ ਹੈ ਫੋਰ ਸੇਲ ਹੈ। ਓਕੇ ਪਾ, ਇਹ ਆਰਡਰ ਤੇ ਰੈਡੀ ਕਰਵਾਈ ਹੋਈ ਆ, ਬਟ ਜੇ ਤੁਹਾਨੂੰ ਐਮਰਜੈਂਸੀ ਦੇ ਵਿੱਚ ਲੋੜ ਆਵੇ, ਤੁਸੀਂ ਹਾਂ ਚਾਹੁੰਦੇ ਹੋ ਵੀ ਤੁਹਾਨੂੰ 1-2 ਦਿਨਾਂ ਦੇ ਵਿੱਚ ਇਹਦੀ ਡਿਲੀਵਰੀ ਚਾਹੀਦੀ ਆ, ਤੇ ਇਹ ਜੀਪ ਸੇਲ ਕਰਨ ਦੇ ਲਈ ਆ, ਤੁਸੀਂ ਕੰਟੈਕਟ ਕਰ ਸਕਦੇ ਹੋ। ਜਿਹੜਾ ਇਹਦਾ ਪ੍ਰਾਈਸ ਹੈ ਜੀ 3.5 ਲੱਖ ਪ੍ਰਾਈਸ ਹੈ, ਵਿਦਆਊਟ ਪਾਸਿੰਗ ਹੈ, HR ਨੰਬਰ ਗੱਡੀ ਹੈਗੀ। ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਹੈਗਾ, ਆਪਾਂ ਨੂੰ ਫੋਲੋ ਕਰਕੇ ਆਉਂਦਾ, 10,000 ਰੁਪਏ ਡਿਸਕਾਊਂਟ ਕਰਦੇ ਹਾਂ। ਓਕੇ, ਤੇ ਆਫਰ ਵੀ ਲਾਇਆ ਵੀਰ ਹੁਣਾਂ ਨੇ ਕਿ ਜੇ ਕੋਈ ਆਹ ਵੀਡੀਓ ਦੇਖ ਕੇ ਵੀਰ ਹੁਣਾਂ ਦੇ ਕੋਲ ਆਉਂਦਾ ਆ ਤਾਂ ਇਸ ਜੀਪ ਦੇ ਵਿੱਚ ਤੁਹਾਨੂੰ 10,000 ਰੁਪਇਆ ਡਿਸਕਾਊਂਟ ਮਿਲਦਾ ਆ। ਤੇ ਮੈਨੂੰ ਇਹਦੀ ਕਲਰ ਕੁਆਲਿਟੀ ਦੱਸੋ, ਕਿਉਂਕਿ ਅਸੀਂ 2K ਪੇਂਟ ਹੈ ਜੀ, ਮਿਲਟਰੀ ਦਾ ਕਲਰ ਹੈ ਇਹ। ਹਾਂਜੀ, ਬਾਕੀ ਜਿਹੜਾ ਵਿੱਚ ਇੰਜਨ ਹੈ ਇਹਦੇ, ਇੰਜਨ ਦੇ ਵਿੱਚ ਮੇਜਰ ਦਾ ਰੱਖਿਆ ਹੋਇਆ, ਟੋਇਟਾ ਦਾ ਗੇਅਰ ਲੱਗਿਆ ਹੋਇਆ ਹੈਗਾ,
ਪਾਵਰ ਸਟੀਅਰਿੰਗ ਨਹੀਂ ਹੈ ਗੱਡੀ, ਇਹ ਪਾਵਰ ਬ੍ਰੇਕ ਹੈ ਅਸਲ ਵਿੱਚ। ਪਾਵਰ ਸਟੀਅਰਿੰਗ ਨਹੀਂ, ਪਾਵਰ ਸਟੀਅਰਿੰਗ ਨਹੀਂ, ਪਾਵਰ ਸਟੀਅਰਿੰਗ ਜੇ ਕਰਾਉਣੀ ਹੋਵੇ ਫਿਰ ਹੋ ਜਾਏਗੀ ਜੀ, ਇਹ ਗੱਡੀ ਨਹੀਂ ਹੋਊਗੀ, ਫਿਰ ਆਰਡਰ ਤੇ ਗੱਡੀ ਹੋਰ ਬਣਾਉਗੇ। ਇੰਜਨ ਕਿਹੜਾ? ਇਹ ਡੀ ਆਈ ਇੰਜਨ ਹੈ ਜੀ, ਡੀ ਆਈ ਮਹਿੰਦਰਾ ਡੀ ਆਈ 2004 ਮਾਡਲ ਮੇਜਰ ਇੰਜਨ ਕਹਿੰਦੇ ਆ। ਹਾਂਜੀ, ਪਾਵਰ ਬ੍ਰੇਕ ਹੈ, ਪਾਵਰ ਸਟੀਅਰਿੰਗ ਹੈ ਨਹੀਂ ਗਾ। ਜੇ ਇੱਦਾਂ ਦੀ ਗੱਡੀ ਆਪਾਂ ਟਰਬੋ ਇੰਜਨ 'ਚ ਬਣਵਾਉਣੀ ਹੈ, ਪਾਵਰ ਸਟੀਅਰਿੰਗ ਕਰਵਾਉਣਾ ਗਾ, ਸੇਮ ਟਾਇਰ ਲਾਉਣੇ ਆ, ਤਾਂ ਆਪਾਂ ਨੂੰ 5 ਲੱਖ ਦੇ ਪ੍ਰਾਈਜ਼ 'ਚ ਗੱਡੀ ਬਣੂਗੀ ਪਾਸਿੰਗ ਵਾਲੀ। ਜੇ ਆਪਾਂ ਵਿਦਆਊਟ ਪਾਸਿੰਗ ਬਣਾਉਣੀ ਹੈ 4.25 ਲੱਖ ਦੀ ਬਣੂਗੀ। ਉੱਦਾਂ ਹੈਗੀ ਹੁਣ ਇਹ 3.5 ਲੱਖ ਦੀ ਹੈ, 3.5 ਲੱਖ ਦੀ ਸੇਲ ਵਾਸਤੇ ਹੈ। ਜੇ ਹੁਣੇ ਕੋਈ ਆਰਡਰ ਦਿੰਦਾ ਹੈ, ਜੇ ਪਾਸਿੰਗ ਵਾਲੀ ਲੈਣੀ ਹੈ ਉਹ 4 ਲੱਖ, ਸਾਡੇ ਪਾਸਿੰਗ ਵਾਲੀ ਸੇਮ ਗੱਡੀ 4.5 ਲੱਖ ਰੁਪਏ ਦੀ, ਤੇ ਅਗਰ ਟਰਬੋ ਇੰਜਨ ਲੈਣਾ 5 ਲੱਖ ਰੁਪਏ ਦੀ। ਤੇ ਇਹਦਾ ਕਲਰ ਦੀ ਮੈਨੂੰ ਗਾਰੰਟੀ? 5 ਸਾਲ ਦੀ ਗਾਰੰਟੀ ਹੈ, 2K ਪੇਂਟ ਹੈ ਜੀ, 2K ਪੇਂਟ ਜੀ, ਇਹਦੀ ਗਾਰੰਟੀ ਹੈ ਜੀ। ਜੇ ਉਸ ਤੋਂ ਪਹਿਲਾਂ ਮਤਲਬ ਕੋਈ ਦਿੱਕਤ ਪਰੇਸ਼ਾਨੀ ਆਵੇ? ਵੈਸੇ ਕਲਰ ਖਰਾਬ ਹੁੰਦਾ ਨਹੀਂ, ਜੇ ਕੋਈ ਗਲ ਸੜ ਕੇ ਕਲਰ ਖਰਾਬ ਹੋ ਜਾਵੇ ਉਹਦੀ ਗਾਰੰਟੀ ਨਹੀਂ ਹੈਗੀ। ਰਸਟ ਆ ਜਾਂਦੀ ਹੈ, ਪਾਣੀ ਮਾੜਾ ਹੁੰਦਾ, ਉਹਦੇ ਕਰਕੇ ਕੰਨੀਆਂ ਕੁੰਨੀਆਂ ਖਰਾਬ ਹੋ ਜਾਂਦੀਆਂ। ਮੈਂ ਵੀ ਸੁਣਿਆ ਕਹਿੰਦੇ ਵੀ ਧੋਣੀਆਂ ਨਹੀਂ ਜ਼ਿਆਦਾ, ਇਹ ਨਹੀਂ ਧੋ ਸਕਦੇ, ਕੋਈ ਵੱਡੀ ਗੱਲ ਨਹੀਂ, ਥੱਲੇ ਰਸਟਿੰਗ ਕੰਪਾਊਂਡ ਕੀਤੀ ਹੋਈ ਹੈ ਬਹੁਤ ਵਧੀਆ ਥੱਲੇ। ਵੀ ਸਾਡੇ ਉੱਥੇ ਕਿਸੇ ਨੇ ਰੈਡੀ ਕਰਵਾਈ ਸੀ, ਉਹ ਕਹਿੰਦੇ ਸੀ ਵੀ ਜ਼ਿਆਦਾ ਵਾਸ਼ ਨਹੀਂ ਕਰਨੀ, ਜੇ ਵਾਸ਼ ਕਰਦੇ ਆ ਰੰਗ ਖਰਾਬ ਹੋ ਜਾਂਦਾ। ਕਈ ਵਾਰੀ ਏਰੀਆ ਹੋ ਜਾਂਦਾ ਜ਼ਿਆਦਾ ਕਰਨੀ ਪੈਂਦੀ ਹੈ ਵਾਸ਼, ਬਾਰਿਸ਼ ਪੈਂਦੀ ਹੈ ਉਦੋਂ ਹੋ ਜਾਂਦੀ ਪ੍ਰੋਬਲਮ। ਜਿਹੜੀ ਉਹ ਵਾਲੀ ਗੱਡੀ ਹੈ ਉਹ ਟਰਬੋ ਇੰਜਨ ਦੇ ਵਿੱਚ ਹੈਗੀ, ਇਹ ਪਾਵਰ ਸਟੀਅਰਿੰਗ ਹੈ, ਪਾਵਰ ਬ੍ਰੇਕ ਹੈ। ਇਹ ਕਿਹੜਾ ਕਲਰ ਆ, ਇਹ ਰੰਗ ਕਿਹੜਾ ਆ? ਇਹਨੂੰ ਕਾਫੀ ਕਲਰ ਜਿਹਾ ਬੋਲ ਦਿੰਦੇ ਆ ਜੀ, ਜ਼ਿਆਦਾ ਸਾਨੂੰ ਮਾਡਲ ਬਲੈਰੋ ਟਰਬੋ ਇੰਜਨ ਦੇ ਵਿੱਚ ਆ ਜੀ, ਪਾਵਰ ਸਟੀਅਰਿੰਗ ਹੈ, ਪਾਵਰ ਬ੍ਰੇਕ ਹੈ, ਬਰੂਤੀ ਵੀਚ ਕਲਰ ਹੈ ਇਹਦਾ, ਤੇ ਇਹਦੇ 'ਚ ਇੰਜਨ ਲੱਗਿਆ ਟਰਬੋ ਦਾ, ਬਲੈਰੋ ਟਰਬੋ ਇੰਜਨ ਹੈ। ਟਰਬੋ ਮਤਲਬ ਇਹ ਟਰਬੋ ਲੱਗਿਆ ਹੁੰਦਾ ਜੀ, ਡੀ ਮਹਿੰਦਰਾ ਬਲੈਰੋ ਦਾ ਇੰਜਨ ਆ ਗਿਆ ਜੀ। ਅੱਛਾ, ਪਾਵਰ ਬ੍ਰੇਕ, ਪਾਵਰ ਸਟੀਅਰਿੰਗ। ਤੇ ਟਰਬੋ ਇੰਜਨ ਲਾਉਣਾ, ਇਹਦੀ ਪਾਵਰ ਵੱਧ ਜਾਂਦੀ ਹੁੰਦੀ ਹੈ? ਸਾਇਲੈਂਟ ਹੋ ਜਾਂਦਾ ਥੋੜਾ ਜਿਹਾ, ਉਹਦੀ ਆਵਾਜ਼ ਜ਼ਿਆਦਾ ਥੋੜੀ ਜੀ। ਹਾਂਜੀ ਹਾਂਜੀ, ਸਾਇਲੈਂਟ ਥੋੜੀ ਇਹਦੇ ਨਾਲ, ਥੋੜੀ ਜਿਹੀ ਆਵਾਜ਼ ਦਾ ਸਾਊਂਡ ਹੋ ਜਾਂਦਾ ਹੈਗਾ। ਬਾਕੀ ਇਹਦੀ ਵਿੰਡਸ਼ੀਲਡ ਹੈਗੀ, ਆਪਾਂ ਡਾਊਨ ਵੀ ਕਰ ਸਕਦੇ ਹਾਂ ਇਹਨੂੰ, ਆਪਾਂ ਡਾਊਨ ਕਰਕੇ ਵੀ ਚਲਾ ਸਕਦੇ ਹਾਂ ਇਸ ਤਰ੍ਹਾਂ। ਓਕੇ, ਇਹਦੀ ਨਹੀਂ ਹੁੰਦੀ? ਇਹਦੀ ਵੀ ਹੋ ਜਾਂਦੀ ਹੈ, ਪਰ ਇਹਦਾ ਹੁੱਡ ਖੋਲਣਾ ਪਊ, ਉੱਪਰ ਕੱਪੜਾ ਲੱਗਿਆ ਹੋਇਆ ਨਾ, ਇਹਦੇ ਹੁੱਡ ਬੰਦ ਲਾ ਸਕਦੇ ਹਾਂ ਆਪਾਂ, ਉਸ ਤਰ੍ਹਾਂ ਵੀ ਲਾ ਸਕਦੇ ਹਾਂ। ਤੇ ਇਹ ਪਾਵਰ ਸਟੀਅਰਿੰਗ ਹੋਊਗਾ? ਹਾਂਜੀ, ਪਾਵਰ ਸਟੀਅਰਿੰਗ ਹੈ, ਇਹ ਵੀ ਗੱਡੀ ਰੈਡੀ ਫੋਰ ਸੇਲ ਹੈਗੀ। ਇਹਦਾ ਮੈਂ ਸਾਰੀਆਂ ਚਲਾ ਕੇ ਜਾਣੀਆਂ। ਇਹਦਾ ਇਹ 50 ਨੰਬਰ ਗੱਡੀ ਹੈ, 5 ਸਾਲ ਦੀ ਪਾਸਿੰਗ ਹੈ ਇਹਦੀ। ਅੱਛਾ, ਰੈਡੀ ਫੋਰ ਸੇਲ ਹੈ, 4,60,000 ਰੁਪਏ ਰੇਟ ਹੈ ਇਹਦਾ। ਕੋਈ ਵੀਡੀਓ ਸ਼ੇਅਰ ਕਰਕੇ ਭਰਾ ਆਉਂਦਾ ਹੈਗਾ, ਫੋਲੋ ਕਰਕੇ 10,000 ਰੁਪਏ ਡਿਸਕਾਊਂਟ। ਤੇ ਜੀ ਇਹ ਵੀ ਸੇਲ ਦੇ ਲਈ ਰੈਡੀ ਆ, 4,60,000 ਦੀ। ਹਾਂਜੀ, 4,60,000 ਦੀ ਆ ਇਸ ਟਾਈਮ। ਜੇ ਤੁਸੀਂ ਵੀਡੀਓ ਦੇਖ ਕੇ ਆਉਂਦੇ ਹੋ ਤਾਂ ਇਹ ਵੀ ਤੁਹਾਨੂੰ 10,000 ਡਿਸਕਾਊਂਟ ਦੇ ਵਿੱਚ ਮਿਲੂਗੀ। ਕਈ ਹੁੰਦੇ ਆ ਨਾ ਆਪਣੇ NRI ਵੀਰ ਜਿਨ੍ਹਾਂ ਨੂੰ ਬਹੁਤ ਜ਼ਰੂਰੀ ਚਾਹੀਦੀ ਹੁੰਦੀ ਹੈ, ਵੀ ਉਹਨਾਂ ਕੋਲ ਟਾਈਮ ਨਹੀਂ ਹੁੰਦਾ, ਅਰਜੈਂਟਲੀ ਆ ਜਾਂਦੇ ਕਈ ਵਾਰ, ਉਹਨਾਂ ਕੋਲ ਟਾਈਮ ਨਹੀਂ ਹੁੰਦਾ ਹੈਗਾ ਰੈਡੀ ਕਰਾਉਣ ਦੀ। ਬਟ ਮੈਂ ਪਰਸਨਲੀ ਕਹਿ ਰਹੀ ਹਾਂ ਵੀ ਹਾਂ, ਜੇ ਮੈਂ ਇੱਥੇ ਆਈ ਹਾਂ ਵੀ ਮੈਂ ਪ੍ਰਮੋਸ਼ਨ ਦੇ ਚੱਕਰ 'ਚ ਇੱਦਾਂ ਨਹੀਂ, ਬਟ ਸੱਚੀ ਜੀਪਾਂ ਬਹੁਤ ਵਧੀਆ ਰੈਡੀ ਕੀਤੀਆਂ ਹੋਈਆਂ ਆ। ਫਿਊਚਰ ਦੇ ਵਿੱਚ ਜੇ ਮੈਂ ਜੀਪ ਬਣਵਾਈ ਤਾਂ ਮੈਂ ਵੀਰ ਹੋਣਾ ਤੋਂ ਹੀ ਬਣਵਾਉਂਗੀ। ਤੇ ਹੁਣ ਆਪਾਂ ਜਾ ਰਹੇ ਹਾਂ ਆਹ ਬਲੈਕ ਫੇਵਰੇਟ, ਇਹ ਬਲੈਕ ਕਲਰ ਗੱਡੀ ਜੀ, ਯੂਰੋਪ ਜਾ ਰਹੀ ਹੈ। ਅਰਮਨ ਭਾਜੀ ਨੇ ਆਰਡਰ ਕੀਤਾ ਸੀ ਆਪਾਂ ਨੂੰ ਆਨਲਾਈਨ। ਅੱਛਾ ਜੀ, ਯੂਰੋਪ ਰਹਿੰਦੇ ਆ ਉਹ, USA। ਅੱਛਾ ਜੀ, ਇਹ ਗੱਡੀ ਹੁਣ ਰੈਡੀ ਹੋ ਗਈ ਹੈ, ਪੈਟਰੋਲ ਇੰਜਨ ਹੈ, 4x4 ਗੱਡੀ ਹੈ। ਇਹਦੇ ਵਿੱਚ ਆਪਾਂ ਇੰਜਨ ਲਾਇਆ ਕਰੋਲਾ ਕਾਰ ਦਾ, ਪਾਵਰ ਸਟੀਅਰਿੰਗ ਪਾਵਰ ਬ੍ਰੇਕਾਂ ਹੈਗੀਆਂ ਜੀ। ਕਰੋਲਾ ਕਾਰ, ਹਾਂਜੀ। ਸਟਾਰਟਿੰਗ ਤੁਹਾਨੂੰ ਦਿਖਾ ਦਿੰਦੇ ਆ, ਸਾਊਂਡ ਬਿਲਕੁਲ ਨਹੀਂ ਇਹਦਾ। ਇਸ ਦੇ ਵਿੱਚ ਆਪਾਂ ਬੈਠ ਕੇ ਹੀ ਆਏ ਉਦੋਂ ਤਾਂ, ਚਲਾਈ ਸੀ ਮੈਂ ਥੋੜ੍ਹੀ ਜਿਹੀ। ਇਹ ਸਪੈਸ਼ਲ ਬਾਹਰ ਵਾਸਤੇ ਪੈਟਰੋਲ ਗੱਡੀ ਜਾਂਦੀ ਹੈ ਜੀ, ਉੱਥੇ ਪਾਸਿੰਗ ਦੀ ਪ੍ਰੋਬਲਮ ਨਹੀਂ ਆਉਂਦੀ ਇਹ 'ਚ। ਤੇ ਜੇ ਕਿਸੇ ਨੇ ਡਾਇਰੈਕਟ ਹੀ ਤੁਹਾਡੇ ਨਾਲ ਕੰਟੈਕਟ ਕਰਕੇ ਵੀ ਰੈਡੀ ਕਰਕੇ ਤੁਸੀਂ ਸਾਨੂੰ ਪਹੁੰਚਦੀ ਕਰ ਦਿਓ? ਹਾਂਜੀ, ਕਰ ਦਿੰਨੇ। ਤੇ ਇਹਦਾ ਪੇਪਰ ਵਰਕ ਦੀ ਕੋਈ ਇਸ਼ੂ? ਹਾਂ, ਉਹ ਸਾਰਾ ਕਰਵਾ ਕੇ ਦੇ ਦਿੰਦੇ, ਸਾਰਾ ਕਰਵਾ ਕੇ ਦਿੰਦੇ, ਉਹ ਸਾਰੀ ਤੁਹਾਡੀ ਜ਼ਿੰਮੇਵਾਰੀ, ਸਾਰੀ ਸੈਟਿੰਗ ਸਾਡੀ ਬਣੀ ਹੋਈ ਹੈ ਪਹਿਲਾਂ ਡੀਲਰਸ਼ਿਪ। ਤੇ ਅੱਜ ਆਪਾਂ ਵਿੱਚੋਂ ਦੇਖਦੇ ਆਂ। ਬਾਕੀ ਇੱਕ ਗੱਲ ਹੋਰ ਹੈ, ਇਸ ਗੱਡੀ ਦੇ ਨਾ ਰਿਮ ਪੈਂਦੇ ਹੈਗੇ। ਅੱਛਾ ਜੀ, ਥੋੜਾ ਜਿਹਾ ਮੈਂ ਕੈਮਰਾਮੈਨ ਨੂੰ ਬੋਲੂਗਾ ਜੀ, ਦਿਖਾ ਦੇਣੇ ਜੀ ਆ ਕੇ ਇੱਥੇ। ਇਹ ਵਿਦਆਊਟ ਅਲਾਈਬਲ ਟਾਇਰ ਹੈ ਜੀ, ਜੇ ਆਪਾਂ ਇਹ ਚ ਅਲਾਈਬਲ ਫਿੱਟ ਕਰਨਾ ਹੈਗਾ ਤਾਂ ਇਹ ਅਲਾਈ ਕੱਟ ਕੇ ਫਿਟਿੰਗ ਹੁੰਦਾ ਵਿੱਚ, ਇਹਦੇ ਕਟਿੰਗ ਕਰਕੇ।
ਓਕੇ ਇਹਦਾ ਕੋਈ ਕਰਕੇ ਫਿਟਿੰਗ ਹੋਊਗੀ ਇੱਥੇ ਪੱਤੀ ਲੱਗੂਗੀ ਸਪੋਰਟ ਐ ਦੋਨੇ ਸਾਈਡਾਂ ਤੇ ਮਤਲਬ ਜਿੱਦਾਂ ਕਾਰਾਂ ਦੇ ਰੈਡੀਮੇਡ ਆਉਂਦੇ ਐਵੇਂ ਨਹੀਂ ਆਉਗਾ ਇਹ ਬਿਲਕੁਲ ਪਾ ਦੇਣੇ ਉਹ ਵੀ ਨਹੀਂ ਹੁੰਦਾਗਾ ਇਹ ਚੋਲਾਈ ਫਿੱਟ ਕਰਨਾ ਪਊਗਾ ਆਪਾਂ ਨੂੰ ਉਹਦਾ ਐਕਸਟਰਾ ਚਾਰਜ 50,000 ਵੱਜ ਜਾਂਦਾ ਜੀ ਲੋਇਲ ਆਉਂਦਾ ਹੀ ਜਿਵੇਂ ਇਹ ਗੱਡੀ ਹੁਣ 4x4 ਹੈਗੀ 4x4 ਗੱਡੀ ਦਾ ਪ੍ਰਾਈਸ 6.5 ਲੱਖ ਰੁਪਏ ਦਾ ਜੇ ਆਪਾਂ ਮੈਨੂਅਲ ਕਰਵਾਉਣੀ ਹੈ 4x2 ਕਰਵਾਉਣੀ ਹੈ ਤਾਂ 50,000 ਡਿਸਕਾਊਂਟ ਹੋ ਜਾਊਗਾ ਡਾਊਨ ਹੋ ਜਾਊਗਾ ਅਗਰ ਅਲਾਈ ਪਾਉਣੇ ਆ 50,000 ਪਲੱਸ ਹੋ ਜਾਊਗਾ ਇਹ ਲੈਫਟ ਸਾਈਡ ਆ ਜੇ ਤੁਸੀਂ ਕੁਛ ਵੀ ਐਕਸਟਰਾ ਕਰਵਾਉਣਾ ਆ ਤੁਸੀਂ ਆਪਣੀ ਪਸੰਦ ਦਾ ਕਰਵਾਉਣਾ ਇੱਕ ਤਾਂ ਹੁੰਦਾ ਵੀ ਇਹਨਾਂ ਨੇ ਰੈਡੀ ਕਰਕੇ ਦੇ ਦੇਣੀ ਤੁਹਾਨੂੰ ਇੱਕ ਹੁੰਦਾ ਤੁਸੀਂ ਐਕਸਟਰਾ ਚੀਜ਼ਾਂ ਕਰਵਾਉਣੇ ਚਾਹੁੰਦੇ ਹੋ ਵੀ ਸਾਡੇ ਅਕੋਰਡਿੰਗ ਤਾਂ ਉਹਨਾਂ ਦੇ ਅਲੱਗ ਤੋਂ ਚਾਰਜਸ ਲੱਗਦੇ ਆ ਤੇ ਆ ਪਿੱਛੇ ਜਰੀਕਨ ਵਗੈਰਾ ਲੱਗਿਆ ਜਿਵੇਂ ਆ ਲਾਈਟਾਂ ਕਸਟਮਰ ਆਪਣੀ ਮਰਜ਼ੀ ਨਾਲ ਕੋਈ ਹੋਰ ਆਪਸ਼ਨ ਦੇ ਸਕਦਾ ਬਦਲਣੀਆਂ ਬਦਲ ਸਕਦੇ ਐਲਈਡੀ ਆਉਂਦੀਆਂ ਜਿਵੇਂ ਇਹ ਬਲੈਰੋ ਨਿਊ ਮਾਡਲ ਲਾਈਟਾਂ ਹੈਗੀਆਂ ਸਪੇਅਰ ਵੀਲ ਲਾਪਾ ਆਪਾਂ ਥੱਲੇ ਦੇ ਇਹ ਪਾਈਪ ਲੱਗੀ ਹੈ ਬਾਕੀ ਸੀਟ ਬੈਲਟ ਦੀ ਫੈਸਿਲਿਟੀ ਆਪਾਂ ਨੂੰ ਦੇਣੀ ਪੈਂਦੀ ਹੈ ਕਿਉਂਕਿ ਗੱਡੀ ਬਾਹਰ ਜਾ ਕੇ ਪਾਸ ਨਹੀਂ ਹੁੰਦੀ ਤੇ ਮਤਲਬ ਤੁਸੀਂ ਜਿਹੜਾ ਵੀ ਇਹਦੇ ਤੇ ਕੋਈ ਵੀ ਚੀਜ਼ ਲਾਉਂਦੇ ਹੋ ਕੁਝ ਵੀ ਉਹਨਾਂ ਸਾਰਿਆਂ ਦੀ ਗਾਰੰਟੀ ਹੁੰਦੀ ਆ ਹਾਂਜੀ ਉਹ ਕਿੰਨੇ ਸਾਲ ਦੀ ਜਿਹੜੀ ਗੱਡੀ ਬਾਹਰ ਜਾਂਦੀ ਹੈ ਜੀ ਉਹਦੇ ਇੰਜਨ ਦੀ ਪੈਟਰੋਲ ਦੀ ਸਾਡੀ 1 ਲੱਖ ਕਿਲੋਮੀਟਰ ਦੀ ਗਾਰੰਟੀ ਲੈ ਲਾਂਗੇ 1 ਲੱਖ ਕਿਲੋਮੀਟਰ ਦੀ ਪੈਟਰੋਲ ਇੰਜਨ ਦੀ ਗਾਰੰਟੀ ਹੈ ਡੀਜ਼ਲ ਦੀ ਗਾਰੰਟੀ ਲੈਂਦੇ ਸੀ ਡੀਜ਼ਲ ਦੀ ਗਾਰੰਟੀ ਇਹ ਹੁੰਦੀ ਹੈ ਵੀ ਮਤਲਬ ਕੋਈ ਮਹੀਨਾ 2 ਮਹੀਨੇ ਤੱਕ ਕਮੀ ਆਈ ਤੇ ਦੇਂਦਾ ਰਹੇ ਉਦਾਂ ਕਿਉਂਕਿ ਇਹਨਾਂ ਨੂੰ ਰੈਗੂਲਰ ਚਲਾਉਣਾ ਪੈਂਦਾ ਹੈ ਹਨਾ ਡੀਜ਼ਲ ਵਾਲੀਆਂ ਨੂੰ ਜੇ ਪੈਟਰੋਲ ਵਾਲੀ ਤਾਂ ਖੜੀ ਵੀ ਰਵੇ ਮਹੀਨਾ 2 ਮਹੀਨੇ ਤਾਂ ਕੋਈ ਦਿੱਕਤ ਨਹੀਂ ਚਲੋ ਹੁਣ ਆ ਗਏ ਜਿਹੜੀ ਆ ਗੱਡੀ ਹੈ ਇਹ ਜਾਣੀ ਹੈ ਕੈਨੇਡਾ ਕੈਲਗਰੀ ਇਹ ਕੈਲਗਰੀ ਹਾਂਜੀ ਇਹ ਅਮਰਿੰਦਰ ਭਾਜੀ ਹੈ ਇਹ ਕੈਨੇਡਾ ਵਾਲੇ ਹੋ ਉਹ ਖੇਤਰ ਦੇ ਇਹਦੇ ਵਿੱਚ ਵੀ ਪੈਟਰੋਲਾ ਕਰੋਲ ਇੰਜਨ ਲਾਇਆ ਜੀ ਖੋਲੋ ਕੁੰਡੀ ਮਾਈ ਇਹਦੇ ਵਿੱਚ ਵੀ ਕਰੋਲਾ ਦਾ ਪੈਟਰੋਲ ਦਾ ਇੰਜਨ ਲੱਗਿਆ ਹੋਇਆ ਹੈ ਇਹ ਕੈਲਗਰੀ ਜਾਣੀ ਹੈ ਅਮਰਿੰਦਰ ਭਾਜੀ ਬਿਰਕ ਕੁਰੂਕਸ਼ੇਤਰ ਤੋਂ ਰਹਿਣ ਵਾਲੇ ਹੈ ਬਟ ਉਹਨਾਂ ਦਾ ਇੰਡੀਆ ਕੋਈ ਰਹਿੰਦਾ ਨੀਗਾ ਉੱਥੇ ਹੀ ਰਹਿੰਦੇ ਆ ਉਹਨਾਂ ਨੇ ਤੁਹਾਨੂੰ ਬਾਹਰ ਹੀ ਆਰਡਰ ਦਿੱਤਾ ਬਾਹਰ ਹੀ ਆਰਡਰ ਕਰਤਾ ਜੀ ਉਹਨਾਂ ਨੇ ਮੈਕਸਿਮਮ 2 ਮਹੀਨੇ ਟਾਈਮ ਹੈ ਗੱਡੀ ਰੈਡੀ ਕਰਨ ਦਾ ਅੱਛਾ ਜੀ ਭਾਈ ਜਿੱਦਾਂ ਇੱਕ ਬਿਲੀਆਂ ਦੇ ਵਿੱਚ ਆਪਣਾ ਟੈਲੀਫੋਨ ਲੱਗਾ ਹੁੰਦਾ ਹਾਂਜੀ ਲੱਗਾ ਜੀ ਸਫਾਨੀਆਂ ਸਾਰਾ ਕੁਝ ਹਾਂ ਉਹਦੇ ਬਾਰੇ ਗੱਲ ਕਰਾਂਗੇ ਜੀ ਆਪਾਂ ਹੁਣ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਜਿਵੇਂ ਇਹਦੀ ਵਿੰਡਸ਼ੀਲਡ ਹੈਗੀ ਇਹ ਵੀ ਡਾਊਨ ਹੋ ਜਾਂਦੀ ਹੈ ਆਪਾਂ ਡਾਊਨ ਕਰਕੇ ਚਲਾਉਣੀ ਹੈ ਆ ਥੋੜਾ ਜਿਹਾ ਕੁੰਡੀ ਤਾਂ ਇਹ ਡਾਊਨ ਕਰਕੇ ਚੱਲਦੀ ਹੈ ਗੱਡੀ ਮਤਲਬ ਜਿਵੇਂ ਸ਼ਿਕਾਰ ਟੈਪ ਪਹਿਲਾਂ ਜ਼ਮਾਨੇ 'ਚ ਰਾਜੇ ਖੇਡਦੇ ਹੁੰਦੇ ਸੀ ਇੱਥੇ ਗੰਨ ਪੈ ਜਾਂਦੀ ਸੀਗੀ ਬੈਠੇ ਬੈਠੇ ਇੱਥੋਂ ਗੰਨ ਓਪਨ ਕਰ ਲੈਣੀ ਹਾਂਜੀ ਹਾਂਜੀ ਇਹ ਗੰਨ ਸੰਡੇ ਇਸੇ ਵਾਸਤੇ ਲੱਗਿਆ ਹੁੰਦਾ ਹੈਗਾ ਅੱਛਾ ਜੀ ਗੰਨ ਨਿਕਲ ਜਾਂਦੀ ਇੱਥੋਂ ਬਾਕੀ ਇਹਦੀ ਜਿਹੜੀ ਸੀਟ ਕੁਆਲਿਟੀ ਹੈ ਮੈਟਿੰਗ ਜੋ ਵੀ ਹੈ ਲੈਦਰ ਕੁਆਲਿਟੀ ਬਹੁਤ ਵਧੀਆ ਕੀਤੀ ਹੋਈ ਹੈ ਕਿ ਗੱਡੀ ਬਾਹਰ ਜਾਣ ਵਾਲੀ ਹੈ ਤੇ ਜਿਹੜੀ ਗੱਡੀ ਬਾਹਰ ਜਾਂਦੀ ਹੈ ਥੋੜਾ ਕੰਮ ਸਪੈਸ਼ਲ ਕਰਨਾ ਪੈਂਦਾ ਜਿੱਦਾਂ ਹੁਣ ਇਹ ਤਾਂ ਚਲੋ ਤੁਸੀਂ ਸਾਰਾ ਹਿੱਸਾ ਵਗੈਰਾ ਹਾਂਜੀ ਤੁਸੀਂ ਕਰਦੇ ਹੋ ਹਾਂਜੀ ਜੇ ਮੰਨ ਲਓ ਕਿਸੇ ਦੇ ਕੋਲ ਪੁਰਾਣੀ ਖੜੀ ਅਗਲਾ ਕਹਿੰਦਾ ਵੀ ਸਾਡੇ ਕੋਲ ਖੜੀ ਆ ਤੁਸੀਂ ਉਹ ਵੀ ਰੈਡੀ ਕਰ ਹੀ ਦਿੰਦੇ ਹੋ ਹਾਂ ਕਰ ਦਿੰਦੇ ਆ ਉਹ ਵੀ ਰੈਡੀ ਕਿਸੇ ਪ੍ਰਕਾਰ ਦੀ ਜੀਪ ਹੋਵੇ ਜਿਪਸੀ ਹੋਵੇ ਆਪਾਂ ਰੈਡੀ ਕਰ ਦਿੰਦੇ ਹੈਗੇ ਪਰ ਉਹ ਗੱਡੀ ਦੇਖ ਕੇ ਉਹਦਾ ਰੇਟ ਤੈਅ ਹੋ ਜਾਂਦਾ ਜੋ ਵੀ ਹੁੰਦਾ ਅੱਛਾ ਅੱਛਾ ਬਾਕੀ ਇਹ ਟੈਲੀਫੋਨ ਦੀ ਗੱਲ ਕਰ ਰਹੀ ਸੀ ਭਾਜੀ ਇਹ ਇੱਕ ਅਸੈਸਰੀ ਰਹਿ ਗਈ ਹੈ ਜੋ ਪਹਿਲਾਂ ਵਾਲੇ ਟਾਈਮ ਦੇ ਵਿੱਚ ਵਾਇਰਲੈਸ ਹੁੰਦੀ ਸੀ ਆਰਮੀ ਵਾਲਿਆਂ ਦੀ ਜਿਵੇਂ ਉਹ ਚੀਜ਼ਾਂ ਮਤਲਬ ਕਿ ਇਹ ਤੁਸੀਂ ਆ ਇੱਕ ਤੁਹਾਡੀ ਰੀਲ ਵੀ ਤੁਹਾਡੀ ਰੀਲ ਬਣ ਜਾਣੀ ਇੱਕ ਹਿਸਾਬ ਦੀ ਇਹ ਤਾਂ ਮਤਲਬ ਕਿ ਦਿਖਾਵਾ ਆਪਾਂ ਕਹਿੰਦੇ ਟੌਰ ਆ ਬਾਕੀ ਜਿਹੜੀ ਕਹਿਣ ਦੀ ਗੱਲ ਕਰੀਏ ਤਾਂ ਆਪਾਂ ਜਿਵੇਂ ਪਹਿਲਾਂ ਦੇ ਟਾਈਮ ਦੇ ਵਿੱਚ ਕੀ ਸੀਗਾ ਨਾ ਪੈਟਰੋਲ ਪੰਪ ਬਹੁਤ ਦੂਰ ਹੁੰਦੇ ਸੀਗੇ ਪੈਟਰੋਲ ਗੱਡੀਆਂ ਹੁੰਦੀਆਂ ਸੀਗੀਆਂ 4-5 ਦੀ ਐਵਰੇਜ ਹੁੰਦੀ ਸੀ ਗੱਡੀ ਦੀ ਤਾਂ ਜਿਹੜੀ ਕਹਿਣ ਪੈਟਰੋਲ ਦਾ ਫੁੱਲ ਕਰਕੇ ਪਿੱਛੇ ਲਾ ਲੈਂਦੇ ਸੀ ਵੀ ਰਸਤੇ ਜ਼ਰੂਰਤ ਪਈ ਤਾਂ ਹੁਣ ਮੇਰੇ ਵਰਗੀ ਤਾਂ ਕਹੀ ਜਾਂਦੀ ਹੈ ਵੀ ਫੈਸ਼ਨ ਨੂੰ ਹੁਣ ਪਤਾ ਲੱਗਾ ਮੈਨੂੰ ਅੱਜ ਵੀ ਮਤਲਬ ਕਿ ਇਹ ਪੈਟਰੋਲ ਸਟੋਰ ਕਰਨ ਲਈ ਹੁੰਦੀ ਸੀ ਅੱਜ ਫੈਸ਼ਨ ਬਣ ਕੇ ਰਹਿ ਗਿਆ ਇਹ ਪਹਿਲਾਂ ਯੂਜ਼ ਹੁੰਦਾ ਸੀਗਾ ਇਹ ਤਾਂ ਹੁਣ ਵੀ ਚੱਲਦਾ ਹੀ ਕਹਿਣ ਦਾ ਮਤਲਬ ਯੂਜ਼ ਕਰ ਸਕਦੇ ਹਾਂ ਬਿਲਕੁਲ ਨਿਊ ਲਾਉਣੇ ਆ ਭਾਈ ਆ ਦੇਖੋ ਜਮਾ ਨਵਾਂ ਪੀਸ ਯੂਜ਼ ਕਰਦੇ ਆ ਆਪਾਂ ਕੋਈ ਸਕ੍ਰੈਪ ਵਾਲਾ ਨਹੀਂ ਕਰਦੇ ਕੀ ਵੀ ਕਸਟਮਰ ਚਾਹੇ ਯੂਜ਼ ਵੀ ਕਰ ਸਕਦਾ ਨਹੀਂ ਯੂਜ਼ ਚਾ ਸਕਦੀ ਆ ਇਹ ਨਹੀਂ ਗਈ ਪੁਰਾਣਾ ਲੱਗਦਾ ਆਪਾਂ ਬਾਕੀ ਮੈਟਿੰਗ ਕੁਆਲਿਟੀ ਇਹਦੀ ਵੀ ਸੇਮ ਉਵੇਂ ਹੀ ਹੈ ਕੰਸੋਲ ਵਗੈਰਾ ਵਿੱਚ ਬਣ ਗਿਆ ਜਿਵੇਂ ਸਾਰੀ ਚੀਜ਼ ਸੇਮ ਉਵੇਂ ਹੋ ਨਹੀਂ ਮੈਟਿੰਗ ਕੁਆਲਿਟੀ ਇਹਨਾਂ ਦੀ ਸੱਚੀ ਵਧੀਆ ਹੈ ਇਹਦਾ ਜਿਹੜਾ ਪ੍ਰਾਈਸ ਹੈਗਾ 5.5 ਲੱਖ ਰੁਪਏ ਪ੍ਰਾਈਸ ਹੈ ਅੱਛਾ ਜੀ ਡਿਲੀਵਰੀ ਐਕਸਟਰਾ ਹੋਊਗੀ ਨਹੀਂ ਡਿਲੀਵਰੀ ਜੋ ਵੀ ਹੋਊ ਚਾਰਜ ਲੱਗੂ ਐਕਸਟਰਾ ਲੱਗ ਜੂਗਾ
5.5 ਲੱਖ ਦੀ ਹੈ ਇਹ। ਹਾਂਜੀ ਇਹ ਵਾਲੀ ਇਹ ਮਾਡਲ 5.5 ਲੱਖ ਦਾ। ਇਹ ਵੀ ਗੱਡੀਆਂ ਰੈਡੀ ਹੋ ਰਹੀਆਂ ਆਪਣਾ ਕੋਡਰ ਵਾਲੀਆਂ। ਠੀਕ ਹੈ। ਜਿਹੜਾ ਇਹ ਵਾਲਾ ਮਾਡਲ ਹੈ ਇਹ ਵੀ CJ3 ਵਾਲਾ ਹੈ। ਇਹਦੇ ਟਾਇਰ ਛੋਟੇ ਹੈਗੇ। ਹਾਂਜੀ ਇਹਦੇ ਬ੍ਰੇਕ ਸਾਦੇ ਹੈ, ਸਟੀਅਰਿੰਗ ਸਾਦਾ ਇਹਦਾ, ਇੰਜਨ ਡੀ ਸਾਦਾ ਇਹਦਾ, 3-speed ਗੇਅਰ ਲੱਗਿਆ ਹੋਇਆ। ਇਹਦਾ ਪ੍ਰਾਈਜ ਹੈਗਾ 2,60,000 ਰੁਪਇਆ। ਅਗਰ ਕੋਈ ਕਸਟਮਰ ਆਪਾਂ ਨੂੰ ਆਨਲਾਈਨ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਪਾਂ ਨੂੰ ਫੋਲੋ ਕਰਕੇ ਉਹਨਾਂ ਦਾ 10,000 ਰੁਪਏ ਡਿਸਕਾਊਂਟ ਇਹਦਾ। 10,000 ਡਿਸਕਾਊਂਟ ਹੈ ਇਹਦਾ ਵੀ। ਅਗਰ ਕਿਸੇ ਨੇ ਆਰਡਰ ਤੇ ਗੱਡੀ ਬਣਵਾਉਣੀ ਹੈ ਆਰਡਰ ਤੇ ਵੀ ਸੇਮ ਇਹ ਸਾਰਿਆਂ ਨਾਲੋਂ ਇਹ ਸਸਤੀ ਆ। ਆਈ ਮੀਨ ਵੀ ਇਹਦੇ ਵਿਦਆਊਟ ਪਾਸਿੰਗ ਹੈ ਜੀ। ਵਿਦਆਊਟ ਪਾਸਿੰਗ ਤੇ ਜਿੱਦਾਂ ਵੀ ਇਹਦੇ ਵਿੱਚ ਥੋੜੇ ਜਿਹੇ ਫੀਚਰਸ ਘੱਟ ਦਿੱਤੇ ਹੋਏ ਆ ਇਹਨਾਂ ਨੇ, ਇਹ ਤਾਂ ਥੋੜੀ ਜਿਹੀ ਸਸਤੀ ਆ, ਬਾਕੀ ਸਾਰਾ ਸੀਟਾਂ ਵਗੈਰਾ ਮੈਟਿੰਗ ਵਗੈਰਾ ਸੇਮ ਜਿੱਦਾਂ ਬਾਕੀ ਦੀਆਂ ਇਹਨਾਂ ਦੀਆਂ। ਥੋੜੀ ਜਿਹੀ ਗੱਡੀ ਇੱਧਰ ਦੀ ਆ ਕੇ ਬਾਜੀ ਨੂੰ ਦਿਖਾ ਦੇਣਗੇ। ਇਹਨਾਂ ਦੀਆਂ ਜੀਪਾਂ ਆ ਜਿਵੇਂ ਕਿ ਮਿਲਟਰੀ ਦੀ ਗੱਡੀ ਜਿਹਨਾਂ ਆਉਂਦੀ ਸੀ ਸੇਮ ਟੂ ਸੇਮ ਉਦਾਂ ਹੀ ਹੈ, ਪੁਰਾਣਾ ਮਾਡਲ ਜਿੱਦਾਂ। ਹਾਂਜੀ ਪਹਿਲਾਂ ਵਾਲਾ ਮਾਡਲ। ਜ਼ਿਆਦਾਤਰ ਇਹ ਗੱਡੀਆਂ ਅੱਜ ਕੱਲ੍ਹ ਜਿਵੇਂ ਬਜ਼ੁਰਗ ਚਲਾਉਂਦੇ ਆ ਵੀ ਸ਼ੋਸ਼ੇਬਾਜੀ ਨਹੀਂ ਜ਼ਿਆਦਾ ਚਾਹੀ ਚਾ, ਸਿਆਣਾ ਬੰਦਾ ਚਲਾ ਸਕਦਾ ਇਹਨਾਂ ਗੱਡੀਆਂ। ਸੀਟਾਂ ਸੂਟਾਂ ਫਿਰ ਕਿੱਦਾਂ ਆਪ ਹੀ ਰੈਡੀ ਕਰਦੇ ਹੋ ਸਾਰੇ? ਨਹੀਂ ਹੈਗੇ, ਸੀਟਾਂ ਵਾਲਾ ਮੁੰਡਾ ਹੈਗਾ ਆਪਣੇ ਕੋਲ, ਪਵਨ ਕੁਮਾਰ ਨਾਮ ਮੁੰਡੇ ਦਾ। ਅੱਛਾ। ਉਹ ਵੀ ਬਹੁਤ ਸੋਹਣਾ ਕੰਮ ਕਰਦਾ ਆਪਣਾ, ਤਕਰੀਬਨ ਹਰ ਗੱਡੀ ਉਹ ਹੀ ਕਰਦਾ ਰੈਡੀ ਆਪਣੀ। ਠੀਕ ਹੈ ਠੀਕ ਹੈ। 6-16 ਦੇ ਟਾਇਰ ਹੈ ਨਾ? ਹਾਂਜੀ 6-16 ਦੇ ਐਮਆਰਐਫ ਦੇ ਟਾਇਰ ਲੱਗੇ, ਚਾਰੇ ਨਵੇਂ ਇਹਨੂੰ। ਠੀਕ ਹੈ। ਅਗਰ ਟਾਇਰ 'ਚ ਵੱਡੇ ਲਗਾਉਣੇ ਆ ਜਿਵੇਂ ਉਹ ਗੱਡੀ ਲੱਗਿਆ, ਵੱਡੇ ਉਹ ਵੀ ਲੱਗ ਜਾਣਗੇ ਜੀ। ਮਤਲਬ ਉਹ ਤਾਂ ਆਪਣੀ ਪਸੰਦ ਆਵੇ ਆਪਾਂ ਜਿੱਦਾਂ ਦੇ, ਉਹਦਾ ਚਾਰਜ ਐਕਸਟਰਾ ਜੋ ਵੀ ਹੋਊਗਾ ਲਿਆ ਜਾਊਗਾ। ਇਹਨਾਂ ਨੂੰ ਵੀ ਇਦਾਂ ਰਿਮ ਰੂਮ ਜੇ ਕੀ ਉਹ ਪੈਂਦੇ ਹੁੰਦੇ ਆ ਜਿਹੜੇ ਅਲਾਈਵਿਲ, ਅਲਾਈਵਿਲ ਪੈ ਸਕਦੇ ਆ, ਪੈ ਜਾਂਦੇ ਨੂੰ ਪੈ ਸਕਦੇ ਆ ਕਿ ਹਾਂ। ਉਹ ਤਾਂ ਹਰ ਬੰਦੇ ਦੀ ਆਪਣੀ ਆਪਣੀ ਚੁਆਇਸ ਹੈ। ਬਾਕੀ ਆਪਣਾ YouTube ਚੈਨਲ ਹੈ ਸਿੱਧੂ ਮੋਟਰ ਦੇ ਨਾਮ ਤੇ, ਇੰਸਟਾਗ੍ਰam ਪੇਜ ਬਣਿਆ ਹੋਇਆ, ਫੇਸਬੁੱਕ ਪੇਜ ਹੈ, ਸਾਨੂੰ ਫੋਲੋ ਕਰੋ, ਸਾਡੀ ਵੀਡੀਓ ਬਹੁਤ ਵਾਰ ਦੇਖੋ, ਸ਼ੇਅਰ ਕਰੋ, ਲਾਈਕ ਕਰੋ। ਤੇ ਇਹ ਸੀਗੇ ਹੁਣ ਸਿੱਧੂ ਮੋਟਰਸ ਵਾਲੇ ਦੇ ਮੈਂ ਜਾਈ ਸੀਗੀ ਤੇ ਵੀਰ ਹੁਣਾਂ ਨੇ ਬਹੁਤ ਸਾਰੀਆਂ ਜੀਪਾਂ ਰੈਡੀਆਂ ਕੀਤੀਆਂ ਹੋਈਆਂ, ਤੁਸੀਂ ਸਾਹਮਣੇ ਆ ਦੇਖ ਰਹੇ ਹੋ। ਇਹ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਦਿਖਾ ਕੁਛ ਹੋ ਰਹੇ ਹਾਂ ਤੇ ਇਹਦੇ ਵਿੱਚ ਹੈਗਾ ਕੁਛ ਹੋਰ ਹੈ, ਜੋ ਹੈਗਾ ਤੁਹਾਡੇ ਸਾਰੇ ਸਾਹਮਣੇ ਆ। ਤੇ ਮੈਂ ਪਰਸਨਲੀ ਰੈਕਮੈਂਡ ਕਰੂੰਗੀ, ਮੈਂ ਡੱਬ ਵਾਲੀ ਆਈ ਹਾਂ, ਹੋਰ ਕਿਸੇ ਦੇ ਨਹੀਂ ਆਪਾਂ ਗਏ, ਸਿੱਧਾ ਸਿੱਧੂ ਵੀਰ ਹੁਣਾਂ ਕੋ ਆਏ ਹਾਂ। ਆਹ ਇਹਨਾਂ ਦਾ ਜੀਪ ਦੇ ਉੱਤੇ ਕੰਟੈਕਟ ਨੰਬਰ ਲਿਖਿਆ ਹੋਇਆ, ਜੇ ਤੁਸੀਂ ਵੀਡੀਓ ਦੇ ਵਿੱਚ ਵੀਡੀਓ ਜਿਹੜੇ ਦੇਖ ਰਹੇ ਹੋ ਉਹ ਤੁਸੀਂ ਆਹ ਨੰਬਰ ਇਹਨਾਂ ਦਾ ਸੇਵ ਕਰ ਲਿਓ। ਬਾਕੀ ਇਹਨਾਂ ਦਾ ਇੰਸਟਾਗ੍ਰam ਪੇਜ ਵੀ ਸਿੱਧੂ ਮੋਟਰਸ ਦੇ ਨਾਮ ਤੇ ਆ, ਸਿੱਧੂ ਮੋਟਰਸ ਦੇ ਨਾਮ ਤੇ ਉਹ ਵੀ ਮੈਂ ਮੈਂਸ਼ਨ ਕਰ ਦੂੰਗੀ, ਰੀਲਸ ਵਗੈਰਾ ਸਾਰੀਆਂ ਮੈਂਸ਼ਨ ਕਰ ਦੂੰਗੀ, ਤੁਸੀਂ ਕੰਟੈਕਟ ਕਰ ਲਿਓ ਵੀਰ ਹੁਣਾਂ ਦੇ ਨਾਲ ਤੇ ਬਹੁਤ ਵਧੀਆ ਕੰਮ ਆ, ਮੈਨੂੰ ਤਾਂ ਪਰਸਨਲੀ ਬਹੁਤ। ਵੀਡੀਓ ਵਿੱਚ ਥੱਲੇ ਨੰਬਰ 2 ਚੱਲ ਰਿਹਾ, 2 ਨੰਬਰ ਹੈ, ਕਾਲ ਟਾਈਮ 10 ਤੋਂ ਲੈ ਕੇ ਸ਼ਾਮ 7 ਵਜੇ ਤੱਕ ਦਾ, ਉਦੋਂ ਬਾਅਦ ਕਾਲ ਨਾ ਕਰੇ ਕੋਈ। ਔਰ ਅਗਰ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਤੇ ਸਕਰੀਨਸ਼ਾਟ ਫੋਟੋ ਲੈ ਕੇ ਸਾਨੂੰ WhatsApp ਕਰ ਸਕਦਾ ਹੈ। ਹਾਂਜੀ, ਕਿਉਂਕਿ ਹਰ ਬੰਦਾ ਕਾਲ ਕਰਦਾ ਗੱਡੀ ਆ ਦੇਖੀਏ ਜੀ, ਸਮਝ ਨਹੀਂ ਆਉਣੀ ਕਿਹੜੀ ਗੱਡੀ ਦੇਖੀਏ। ਹਾਂ ਤੁਸੀਂ ਸਕਰੀਨਸ਼ਾਟ ਲੈ ਲਓ, ਉਹ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ WhatsApp। ਸਕਰੀਨਸ਼ਾਟ ਲੈ ਕੇ ਤੁਸੀਂ ਵੀਰ ਹੁਣਾਂ ਨੂੰ ਡਾਇਰੈਕਟਲੀ ਭੇਜੋ ਵੀ ਸਾਨੂੰ ਆਹ ਪਸੰਦ ਆਈ ਆ, ਅਸੀਂ ਇਦਾਂ ਦੀ ਰੈਡੀ ਕਰਾਉਣੀ ਆ, ਜਾਂ ਜੇ ਤੁਹਾਡੇ ਦਿਮਾਗ ਦੇ ਵਿੱਚ ਕੁਝ ਹੈਗਾ ਆ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਦੱਸ ਸਕਦੇ ਹੋ ਵੀ ਅਸੀਂ ਇਦਾਂ ਦੀ ਰੈਡੀ ਕਰਵਾਉਣੀ ਆ। ਹਾਂਜੀ ਹਾਂਜੀ ਤੇ ਬਸ ਰੋਡ ਟੈਸਟ ਟ੍ਰਾਇਲ ਚੱਲ ਚਲਾਈਏ, ਫਿਰ ਸ਼ੋਰੂਮ ਚੱਲਦੇ ਆ ਬਸ। ਹਾਂ ਇੱਥੇ ਕਿ 2 ਗੇੜੇ ਕੱਢ ਲਈ, ਉਹ ਤਾਂ ਅਸੀਂ ਭਾਵੇਂ ਨਾਲ ਬਹਿ ਕੇ ਕੱਢੂਗੇ, ਮੈਂ ਹੀ ਆਪੇ ਕੱਢ ਲਵਾਂ। ਕੋਈ ਗੱਲ ਨਹੀਂ, ਕੱਢ ਲਓ ਅਸੀਂ ਰੀਲ ਬਣ ਜਾਊ। ਮੈਂ ਗੱਡੀ ਚਲਾਉਣ ਲੱਗੀ, ਨਹੀਂ ਸੱਚ ਜੀਪ ਚਲਾਉਣ ਲੱਗੀ, ਗੱਡੀ ਨਿਕਲਦਾ ਵੀਰ ਆਹ ਵਾਲੀ ਚਲਾ ਲੈਣੀ ਆ ਮੈਂ। ਉਹ ਲੈਫਟ ਸਾਈਡ, ਉਹ ਲੈਫਟ ਵਾਲੀ ਆ, ਥੋੜੀ ਮੈਨੂੰ ਦਿੱਕਤ ਜੀ ਆਉਂਦੀ ਆ, ਇੱਥੇ ਤਾਂ ਮੜ ਜੀ ਨਹੀਂ। ਆ ਸਹੀ ਹੈ ਜੀ, ਆ ਸਹੀ ਹੈ, ਇਹ ਚਲਾਉਣੀ ਵੀ ਸੌਖੀ ਆ, ਪਾਵਰ ਹੈ ਨਹੀਂ, ਆ ਚਲਾਓ ਤੁਸੀਂ ਪੈਟਰੋਲ। ਪੈਟਰੋਲ ਚਲੋ ਗੇੜੀ ਕੱਢ ਲਈਏ ਇੱਕ, ਫੇ ਆ ਜਾ ਹੈ। ਇਹ ਵੀ ਲੈਫਟ ਹੀ ਹੈ, ਕੋਈ ਨਹੀਂ ਕੋਈ ਨਾ, ਛੋਟੇ ਆ ਲੈ, ਵੱਡੇ ਬਾਹਰ ਹੈ ਨਹੀਂ, ਦੇ ਤੁਹਾਨੂੰ ਜੱਜਮੈਂਟ ਆ ਜੂਗੀ। ਨਹੀਂ ਜੱਜਮੈਂਟ ਤਾਂ ਮੈਨੂੰ ਉਦਾਂ ਵੀ ਆਈ ਜਾਣੀ ਹੈ, ਨਹੀਂ ਮੈਨੂੰ ਆਉਂਦੀ ਚਾਬੀ, ਚਾਬੀ ਇਹਦੀ ਵਿੱਚ ਹੀ ਆ ਬਈ। ਹਾਂ ਚਾਬੀ ਵਿੱਚ ਹੀ ਆ। ਬੈਠ ਬਈ ਨਾਲ ਯਾਰ, ਪਿੱਛੇ ਬਹਿ ਜਾ, ਲੱਡੂ ਵੀਡੀਓ ਬਣਾਈਏ ਇੱਥੇ, ਆ ਜਾ ਬਹਿ ਜਾ ਨਾਲ, ਮੈਂ ਲੱਡੂ ਸਾਹ ਬਹਿ ਜਾ, ਕੋਈ ਗੱਲ ਨਹੀਂ, ਰੀਲ ਤੇਰੀ ਬਹਿ ਜਾਣੀ ਹੈ, ਪਿੱਛੇ ਭੇਜ ਦੇ ਚੱਲ ਵੀ ਲੱਡੂ। ਗੇਅਰ ਚ ਤਾਂ ਨਹੀਂ, ਗੇਅਰ ਚ ਸੀ।
ਪਰੇ ਹੋ ਜਾ ਉਹ ਨਹੀਂ ਸਾਬ ਹੋਣਾ ਹੁੰਦਾ ਆ ਕਸਟਮਰ ਆ ਕੇ ਆਲਰੇਡੀ ਇਹਨਾਂ ਦੀ ਸ਼ਾਪ ਤੇ ਖੜੇ ਹੋਏ ਆ ਵੇਟ ਕਰਦੇ ਪਏ ਆ ਤੇ ਆ ਟ੍ਰਾਇਲ ਦੇ ਲਈ ਜਾ ਰਹੀ ਆ ਜੀ ਇਹਨਾਂ ਸਾਰਿਆਂ ਨੇ ਟ੍ਰਾਇਲ ਲੈਣਾ ਜੇ ਕਿਸੇ ਨੂੰ ਜਿਪਸੀ ਚਾਹੀਦੀ ਆ ਵਾਈਟ ਕਲਰ ਦੇ ਵਿੱਚ ਉਹ ਵੀ ਇਹਨਾਂ ਦੇ ਕੋਲ ਅਵੇਲੇਬਲ ਆ ਜੀ ਜਿਹੜਾ ਉਹਨਾਂ ਨੇ ਮਿਲਟਰੀ ਵਾਲੀ ਗੱਡੀ ਹੈਗੀ 10 ਮਾਡਲ ਹੈ 2000 ਤੱਕ ਵੈਲਿਡ ਹੈਗੀ ਜਨਰਲ ਪੈਟਰੋਲ ਗੋਰੀ ਫੋਰ ਗੱਡੀ ਹੈ 4.5 ਲੱਖ ਰੁਪਏ ਰੇਟ ਹੈ ਦਾ ਅਗਰ ਕੋਈ ਸ਼ੇਅਰ ਕਰਕੇ ਆਉਂਦਾ ਵੀਡੀਓ ਫੋਲੋ ਕਰਕੇ 10000 ਰੁਪਏ ਡਿਸਕਾਊਂਟ ਓਕੇ ਤੇ ਇਹ ਵੀ ਇਹਨਾਂ ਦੇ ਕੋਲ ਰੈਡੀ ਟੂ ਸਟਾਕ ਆ 4.5 ਲੱਖ ਦੀ ਇਹ ਵਾਲੀ ਗੱਡੀ ਆ ਗਈ ਹੈ ਬ੍ਰੈਂਟਨ ਕੈਨੇਡਾ ਇਹ ਓਕੇ ਇਹ ਆਰਡਰ ਤੇ ਰੈਡੀ ਆ ਬਲੈਕ ਕਲਰ ਦੀ ਇੱਕ ਇਹ ਓਕੇ ਜਿਮਨੀ ਲੁੱਕ ਆ ਤੇ ਹੈਗੀ ਇਹ ਜਿਪਸੀ ਆ ਬਟ ਲੁੱਕ ਇਹਦੀ ਥੋੜੀ ਜਿਮਨੀ ਵਾਲੀ ਓਕੇ ਸ਼ਾਰਟ ਕੀਤੀ ਹੋਈ ਹੈ ਸਿੱਧੂ ਮੋਟਰਸ ਨੰਬਰ ਨੋਟ ਜ਼ਰੂਰ ਕਰ ਲਿਓ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਨਾ ਹੈ ਤੁਸੀਂ ਜਿਪਸੀ ਰੈਡੀ ਕਰਨ ਦੇ ਲਈ ਕਿੱਥੇ ਕੇਰਲਾ ਓਕੇ ਇਹ ਪੰਜਾਬੀ ਕਿ ਕੇਰਲਾ ਦੇ ਕੇਰਲਾ ਦੇ ਇਹ ਗੱਡੀ ਏਸੀ ਲੱਗਿਆ ਹੋਇਆ ਵਿੱਚ ਓ ਅੱਛਾ ਅੱਛਾ ਏਸੀ ਵਾਲੀ ਆ ਸਾਰੀ ਬੰਦ ਆ ਇਹ ਨਾ ਪਿੱਛੇ ਇਹਨੇ ਨੈਟ ਲੱਗਿਆ ਹੋਇਆ ਐਕਸਟਰਾ ਅੱਛਾ ਹੰਟਿੰਗ ਜੀਪ ਹੰਟਰ 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 ਜੀਪ ਓਕੇ ਉਹ ਥੋੜਾ ਏਰੀਆ ਵੀ ਥੋੜਾ ਜੰਗਲ ਵਾਲਾ ਹੈ ਨਾ ਉਧਰ ਪਹਾੜੀ ਏਰੀਆ ਤੇ ਆ ਹੈਗੀ ਆਪਣੀ ਬਲੂ ਕਲਰ ਦੀ ਜਿਪਸੀ ਜਲਦੀ ਦੇ ਵਿੱਚ ਤੇ ਉਹ ਵੀ ਇਹਨਾਂ ਦੇ ਨਾਲ ਵੀਰ ਹੁਣਾਂ ਦੇ ਨਾਲ ਕੰਟੈਕਟ ਕਰ ਲਵੇ ਤੇ ਆਹ ਵੀਰ ਹੁਣਾਂ ਦੀ ਸ਼ੋਪ ਆ ਸਿੱਧੂ ਮੋਟਰ ਜਸਵੀਰ ਸਿੱਧੂ ਆ ਨੰਬਰ ਵਗੈਰਾ ਆਈ ਡੀ ਵਗੈਰਾ ਮੈਂ ਸਾਰੀ ਇੱਥੇ ਮੈਂਸ਼ਨ ਕਰ ਦੂੰਗੀ ਸਰਸਾ ਰੋਡ ਤੇ ਇਹਨਾਂ ਦੀ ਵਰਕਸ਼ਾਪ ਆ ਤੇ ਤੁਸੀਂ ਆ ਕੇ ਇੱਕ ਵਾਰ ਹਾਂਜੀ ਇਹਨਾਂ ਦੇ ਕੋਲ ਰੈਡੀ ਸਟਾਕ ਅਵੇਲੇਬਲ ਹੁੰਦਾ ਤੁਸੀਂ ਆ ਜਾਓ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਕੇ ਜਾਇਓ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਮੈਂ ਵੀ ਤੁਹਾਨੂੰ ਇਹਨਾਂ ਦਾ ਡਾਇਰੈਕਟ ਕੰਟੈਕਟ ਨੰਬਰ ਦੇ ਸਕਦੀ ਹਾਂ ਫਾਈਨਲੀ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਤੇ ਜ਼ਰੂਰ ਵਿਜ਼ਿਟ ਕਰਿਓ ਸਿੱਧੂ ਮੋਟਰਸ ਆ ਇਹਨਾਂ ਦਾ ਕੰਟੈਕਟ ਨੰਬਰ ਆ ਤੇ ਸਰਸਾ ਰੋਡ ਡੱਬ ਵਾਲੀ ਮੈਂ ਬਾਹਰੋਂ ਵੀ ਇੱਕ ਸ਼ਾਟ ਲਾਇਆ ਹੋਇਆ ਆ ਇੱਕ ਦੁਬਾਰਾ ਹੋਰ ਲਾ ਦੂੰਗੀ ਤੁਸੀਂ ਕਿੱਥੇ ਵਿਜ਼ਿਟ ਕਰਨਾ ਆ ਤੇ ਆਹ ਹੈਗੀ ਆ ਵੀਰ ਹੁਣਾਂ ਦੀ ਸ਼ੋਪ ਦਾ ਜਿਹੜਾ ਬਾਹਰਲੀ ਸਾਈਡ ਦਾ ਲੋਗੋ ਆ ਤੇ ਇਹਦੇ 'ਤੇ ਸਾਰਾ ਕੁਛ ਮੈਂਸ਼ਨ ਕੀਤਾ ਅਤੇ ਹੁਣ ਚੱਲੇ ਅਸੀਂ ਘਰ ਨੂੰ ਬਹੁਤ ਜ਼ਿਆਦਾ ਲੇਟ ਹੋ ਗਏ ਹਾਂ ਅਤੇ ਪਲੀਜ਼ ਮੇਰੀ ਬੇਇੱਜ਼ਤੀ ਨਾ ਕਰਾ ਦਿਓ 10-15-20 ਔਡਰ ਦੇ ਜ਼ਰੂਰ ਦਿਓ ਇਹਨਾਂ ਨੇ ਬਹੁਤ ਮਾਣ ਨਾਲ ਸੱਦਿਆ ਮੈਨੂੰ ਅਤੇ ਫਿਰ ਚੱਲਦੇ ਹਾਂ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ